ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ 인ਦਰਪ੍ਰੀਤ ਗਾਰ ਸੰਗੀੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦਾ ਨਾਰਥ ਪੰਜਾਬੀ ਨਿਊਜ਼ ਸ਼ੋ ਜਿੱਤੇ ਗੱਲਬਾਤ ਕੈਨੇਡਾ ਤੇ ਅਮਰੀਕਾ ਤੋਂ ਜਿਹੜੀਆਂ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਉਸ ਉੱਪਰ ਹੋਏਗੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਮਨਦੀਪ ਸੈਂਟਰ ਦਾ ਮਨਦੀਪ ਜੀ ਬਹੁਤ-ਬਹੁਤ ਸਵਾਗਤ ਹੈ ਜੀਨਦਰਪ੍ਰੀਤ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਈ ਵੱਡੀਆਂ ਖਬਰਾਂ ਦੀ ਸਾਂਝ ਪਾਵਾਂਗੇ ਜਿੱਥੇ ਗੱਲ ਹੋਈ ਕਿ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ ਇੱਕ ਤਾਜ਼ਾ ਮੀਟਿੰਗ ਜਿਹੜੀ ਕਿਸਾਨਾਂ ਤੇ ਸਰਕਾਰ ਵਿਚਕਾਰ ਹੋਈ ਹੈ ਇਸ ਦੇ ਕੀ ਸੱਟੇ ਨਿਕਲੇ ਨੇ ਇਸ ਬਾਰੇ ਜਾਣਾਂਗੇ ਇਸ ਤੋਂ ਇਲਾਵਾ ਕੈਨੇਡਾ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜਿਹੜੀਆਂ ਵਾਇਲੈਂਸ ਦੀਆਂ ਘਟਨਾਵਾਂ ਸਾਹਮਣੇ ਆਈਆਂ ਤੇ ਹੋਰ ਵੀ ਕਈ ਅਪਡੇਟਸ ਦਾ ਇਸ ਪ੍ਰੋਗਰਾਮ ਵਿੱਚ ਅਸੀਂ ਅੱਜ ਜ਼ਿਕਰ ਕਰਾਂਗੇ ਮਨਦੀਪ ਜੀ ਇਸ ਲਈ ਕਿਸਾਨ ਅੰਦੋਲਨ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਉਸ ਦੀਆਂ ਲਗਾਤਾਰ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਨੇ ਵੀਨਾਮ ਪੰਜਾਬੀ ਚੈਨਲ ਦੇ ਇਹ ਅਸੀਂ ਵੀ ਦਰਸ਼ਕਾਂ ਤੱਕ ਇਸ ਦੀ ਜਿਹੜੀ ਅਪਡੇਟ ਸਮੇਂ-ਸਮੇਂ ਦੇ ਉੱਪਰ ਪਹੁੰਚਾ ਰਹੇ ਹਾਂ ਤੇ ਹੁਣ ਇੱਕ ਤਾਜ਼ਾ ਮੀਟਿੰਗ ਜਿਹੜੀ ਹੈ ਉਹ ਕਿਸਾਨਾਂ ਤੇ ਸਰਕਾਰ ਦਰਮਿਆਨ ਹੋਈ ਹੈ ਇਸ ਵਿੱਚ ਕੀ ਕੁਝ ਖਾਸ ਰਿਹਾ ਕੀ ਗੱਲਬਾਤ ਜਿਹੜੀ ਹੈ ਹੋਈ ਹੈ ਜੀ ਬਿਲਕੁਲ ਕਿਸਾਨ ਅੰਦੋਲਨ ਵਿੱਚ ਲੋਕਾਂ ਦੀ ਗਿਣਤੀ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਬਾਰਡਰਾਂ ਦੇ ਉੱਤੇ ਲੋਕ ਲਗਾਤਾਰ ਪਹੁੰਚ ਰਹੇ ਨੇ ਤੇ ਇੱਕ ਉਹ ਵੀ ਸਾਡੇ ਸਾਹਮਣੇ ਤਸਵੀਰਾਂ ਆ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਬਾਰਡਰਾਂ ਦੇ ਉੱਤੇ ਪੁਲਿਸ ਨਾਲ ਟਕਰਾਅ ਹੋ ਰਿਹਾ ਪਰ ਦੂਜੇ ਪਾਸੇ ਕਿਸਾਨ ਲੀਡਰਾਂ ਦੀ ਤੇ ਸਰਕਾਰ ਦੀ ਮੀਟਿੰਗ ਜਿਹੜੀ ਆ ਅੱਜ ਹੋਈ ਆ ਤੇ ਤੇ ਰਾਤ ਤੱਕ ਤਕਰੀਬਨ 1.5 ਵਜੇ ਤੱਕ ਇਹ ਮੀਟਿੰਗ ਚੱਲੀ ਆ ਤੇ ਇਸ ਮੈਰਾਥਨ ਮੀਟਿੰਗ ਦੇ ਵਿੱਚ ਹਾਲੇ ਵੀ ਕੋਈ ਜਿਹੜਾ ਸੱਟਾ ਉਹ ਨਹੀਂ ਨਿਕਲ ਸਕਿਆ ਪਰ ਇਹਦੇ ਵਿੱਚ ਜੋ ਦੋਨੋਂ ਧਿਰਾਂ ਵੱਲੋਂ ਅੱਜ ਕਿਹਾ ਗਿਆ ਕਿ ਬੜੀ ਪੋਜ਼ਿਟਿਵ ਜਿਹੜੀ ਆ ਇਹ ਪੋਜ਼ਿਟਿਵ ਸ਼ਬਦ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਰਤਿਆ ਕਿਉਂਕਿ ਉਹ ਵੀ ਮੀਟਿੰਗ ਵਿੱਚ ਸ਼ਾਮਲ ਸੀਗੇ ਦੂਜੇ ਪਾਸੇ ਕੇਂਦਰੀ ਮੰਤਰੀਆਂ ਨੇ ਵੀ ਵਰਤਿਆ ਤੇ ਇਹ ਪੋਜ਼ਿਟਿਵ ਸ਼ਬਦ ਜਿਹੜਾ ਉਹ ਕਿਸਾਨ ਲੀਡਰਾਂ ਨੇ ਵੀ ਵਰਤਿਆ ਕਿ ਬਹੁਤ ਲੰਬੀ ਤੇ ਕਈ ਮੁੱਦੇ ਉੱਤੇ ਗੱਲਬਾਤ ਹੋਈ ਆ ਤੇ ਕਿਸਾਨ ਲੀਡਰਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਆਪਣੇ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਦੀ ਉਹਨਾਂ ਦੀ ਗੱਲ ਕੀਤੀ ਜਿਹੜੇ ਅਥਰੂ ਗੈਸ ਤੇ ਗੋਲੇ ਭરાਏ ਜਾ ਰਹੇ ਸੀ ਉਹ ਮੀਟਿੰਗ ਵਿੱਚ ਨਾਲ ਲੈ ਕੇ ਗਏ ਸੀ ਉਹਨਾਂ ਦੇ ਖੋਲ ਉਹ ਵੀ ਦਿਖਾਏ ਜਿਹੜੀਆਂ ਹੋਰ ਪੈਲਟ ਗੰਨਾ ਜਾਂ ਹੋਰ ਰਬੜ ਦੀਆਂ ਗੋਲੀਆਂ ਮਾਰੀਆਂ ਜਾ ਰੀਆਂ ਨੇ ਉਹਨਾਂ ਦੇ ਖੋਲ ਵੀ ਜਿਹੜੇ ਸੀ ਉਹ ਜਾ ਕੇ ਦਖਾਏ ਤੇ ਇਹ ਸਾਰਾ ਕੁਝ ਰੋਕਣ ਲਈ ਕਿਹਾ ਤੇ ਉਹਨਾਂ ਨੇ ਕਿਹਾ ਕਿ ਇੱਕ ਪੋਜੀਟਿਵ ਹੰਗਾਰਾ ਸਰਕਾਰ ਵੱਲੋਂ ਜਾਂ ਮੰਤਰੀਆਂ ਵੱਲੋਂ ਭਰਿਆ ਗਿਆ ਤੇ ਅਗਲੀ ਮੀਟਿੰਗ ਜਿਹੜੀ ਉਹ ਫੇਰ ਐਤਵਾਰ ਦੀ ਰੱਖ ਲਈ ਗਈ ਆ ਤੇ ਇਸ ਮੀਟਿੰਗ 'ਚ ਕੋਈ ਸਿੱਟਾ ਜਿਹੜਾ ਉਹ ਨਹੀਂ ਨਿਕਲ ਸਕਿਆ ਪਰ ਹੁਣ ਸਵਾਲ ਇਹ ਆ ਕਿ ਆਖਰਕਾਰ ਇਹ ਅੰਦੋਲਨ ਜਾ ਕਿੱਧਰ ਨੂੰ ਰਿਹਾ ਕਿਉਂਕਿ ਜਿਹੜੇ ਲੋਕ ਬਾਰਡਰਾਂ ਤੇ ਬੈਠੇ ਨੇ ਉਹ ਆਪਣੇ ਲੀਡਰਾਂ ਦੇ ਇੱਕ ਇਸ਼ਾਰੇ ਦਾ ਦੀ ਜਿਹੜੀ ਵੇਟ ਕਰ ਰਹੇ ਨੇ ਅਸੀਂ ਕੱਲ ਕਈ ਤਸਵੀਰਾਂ ਦੇਖੀਆਂ ਕੀ ਤਰ੍ਹਾਂ ਤਰ੍ਹਾਂ ਦੇ ਪ੍ਰਬੰਧ ਕਿਸਾਨ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਜਿਹੜੀ ਵੀ ਚੀਜ਼ ਸਾਨੂੰ ਚਾਹੀਦੀ ਆ ਜੋ ਵੀ ਸਾਡੇ ਕੰਮ ਆ ਸਕਦਾ ਚਾਹੀਏ ਉਹ ਟਾਇਰ ਗੈਸ ਦਾ ਰੁੱਖ ਬਦਲਣ ਲਈ ਵੱਡੇ ਵੱਡੇ ਪੱਖੇ ਹੋਣ ਜਾਂ ਫੇ ਉਹ ਐਨਕਾ ਹੋਣ ਟਾਇਰ ਗੈਸ ਤੋਂ ਬਚਣ ਦੇ ਲਈ ਜਾਂ ਫੇ ਅਸੀਂ ਕਈਆਂ ਨੇ ਦੇਖਿਆ ਕਿ ਇੱਕ ਅਜੀਬ ਤਰ੍ਹਾਂ ਦੀਆਂ ਜੈਕ ਚਾ ਇੱਕ ਪੂਰਟ ਪ੍ਰੂਫ ਵਰਗੀਆਂ ਕੁਝ ਜਿਹੜੀਆਂ ਵਰਦੀਆਂ ਸੀ ਉਹ ਪਹਿਨੀਆਂ ਹੋਈਆਂ ਸੀ ਕੁਝ ਕਿਸਾਨ ਵੀਰਾਂ ਨੇ ਉਹਨਾਂ ਜਿਹੜੀਆਂ ਪੈਲਟ ਗੰਨਾ ਜਾਂ ਰਬੜ ਦੀਆਂ ਜਿਹੜੀਆਂ ਗੋਲੀਆਂ ਸੀ ਉਹਨਾਂ ਤੋਂ ਬਚਣ ਦੇ ਲਈ ਸੋ ਤਰ੍ਹਾਂ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਨੇ ਉਹ ਉੱਥੇ ਬੈਠੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਨੇ ਪਰ ਇਸ਼ਾਰਾ ਉਹ ਉਡੀਕ ਰਹੇ ਨੇ ਆਪਣੇ ਕਿਸਾਨ ਲੀਡਰਾਂ ਦਾ ਕਿ ਜੇਕਰ ਉਹਨਾਂ ਨੂੰ ਜਦੋਂ ਇਸ਼ਾਰਾ ਮਿਲਿਆ ਉਦੋਂ ਹੀ ਉਹ ਅੱਗੇ ਵਧਣਗੇ ਪਰ ਇਸ ਵਕਤ ਕਿਸਾਨ ਲੀਡਰਾਂ ਨੂੰ ਸਰਕਾਰ ਨੇ ਮੀਟਿੰਗਾਂ ਦੇ ਵਿੱਚ ਉਲਝਾ ਰੱਖਿਆ ਇੱਕ ਤਾਂ ਮੀਟਿੰਗਾਂ ਦਾ ਸਮਾਂ ਜਿਹੜਾ ਉਹ ਸ਼ਾਮ ਦਾ ਰੱਖਿਆ ਜਾਂਦਾ ਤੇ ਮੀਟਿੰਗਾਂ ਚੱਲਦੀਆਂ ਵੀ ਬਹੁਤ ਲੰਬੀਆਂ ਨੇ ਸੋ ਇੱਕ ਮੀਟਿੰਗ ਜਿਹੜੀ ਉਹ ਲਗਭਗ 2 ਦਿਨ ਜਿਹੜਾ ਉਹ ਖਾ ਜਾਂਦੀ ਆ ਪਹਿਲਾਂ ਇਹ OD ਕਰਿੰਦੀ ਆ ਸਾਰ ਜਨ ਕਿ ਅੱਜ ਮੀਟਿੰਗ ਹੋਣੀ ਆ ਮੀਟਿੰਗ ਚ ਦੇਖਦੇ ਆ ਕੀ ਬਣਦਾ ਤੇ ਉਸ ਤੋਂ ਬਾਅਦ ਸ਼ਾਮ ਨੂੰ 5 6 ਵਜੇ ਜਾਂ ਲੇਟ ਨੇਰੇ ਸ਼ੁਰੂ ਹੋਏ ਤੇ ਕਾਫੀ ਨੇਰੇ ਚ ਮੀਟਿੰਗ ਹੁੰਦੀ ਆ ਤੇ ਅੱਧੀ ਰਾਤ ਤੱਕ ਉਹ ਚੱਲਦੀ ਆ ਜਿਵੇਂ ਅੱਜ ਚੱਲੀ ਆ ਤੇ ਉਹ ਹੀ ਦਿਨ ਸਾਰਾ ਲੰਘ ਜਾਂਦਾ ਵੀ ਅੱਜ ਮੀਟਿੰਗ ਹੋਈ ਆ ਤੇ ਹੁਣ ਅਗਲੀ ਮੀਟਿੰਗ ਐਤਵਾਰ ਦੀ ਫੇਰ ਰੱਖ ਲਈ ਗਈ ਆ ਹੁਣ ਸਵਾਲ ਇਹ ਆ ਕਿ ਐਤਵਾਰ ਤੱਕ ਫੇਰ ਉਡੀਕ ਕੀਤੀ ਜਾਵੇਗੀ ਅੱਗੇ ਵਧਣ ਦੀ ਇਸ ਤੋਂ ਅੱਗੇ ਇਹ ਵੀ ਆ ਕਿ ਕੁਝ ਲੋਕ ਸਮਝ ਰਹੇ ਨੇ ਕੁਝ ਮਹਾਰਾਂ ਦਾ ਕਿਹੜਾ ਕੀ ਸਰਕਾਰ ਜਿਹੜਾ ਉਹ ਹੋਰ ਸਮਾਂ ਜਾਂ ਵਾਇ ਕਰ ਰਹੀ ਆ ਜਾਂ ਟਪਾ ਰਹੀ ਆ ਕਿਉਂਕਿ ਕੁਝ ਦਿਨ ਬਾਅਦ ਚੋਣ ਜਾਬਤਾ ਵੀ ਲੱਗਣ ਵਾਲਾ ਭਾਜਪਾ ਦੇ ਇੱਕ ਲੀਡਰ ਵੀ ਇਹ ਕਹਿ ਚੁੱਕੇ ਨੇ ਵੀ ਇਹ ਵੀ ਹੋ ਸਕਦਾ ਕਿ 10 ਦਿਨ ਤੱਕ ਹੋ ਸਕਦਾ ਕਿ ਚੋਣ ਜਾਬਤਾ ਲੱਗ ਜਾਵੇ ਤੇ ਉਸ ਤੋਂ ਬਾਅਦ ਫਿਰ ਵੈਸੇ ਸਰਕਾਰ ਕੋਈ ਅਨਾਉਂਸਮੈਂਟ ਨਹੀਂ ਕਰ ਸਕਦੀ ਹੁਣ ਵੀ ਸਰਕਾਰ ਦਾ ਸੈਸ਼ਨ ਖਤਮ ਹੋ ਗਿਆ ਵੈਸੇ ਵੀ ਕੋਈ ਬਿੱਲ ਪਾਸ ਨਹੀਂ ਹੋ ਸਕਦਾ ਕੈਬਨਟ ਮੀਟਿੰਗ ਜ਼ਰੂਰ ਬੁਲਾਈ ਜਾ ਸਕਦੀ ਆ ਸੋ ਸਵਾਲ ਕਈ ਨੇ ਕਿ ਉਸ ਤੋਂ ਬਾਅਦ ਫਿਰ ਕਿਸਾਨ ਕੀ ਕਰਨਗੇ ਜਦੋਂ ਚੋਣ ਜਾਬਤਾ ਲੱਗ ਗਿਆ ਜਾਂ ਟਾਈਮ ਇਦਾਂ ਹੀ ਲੰਘਿਆ ਤਾਂ ਫਿਰ ਸਰਕਾਰ ਕਹੇਗੀ ਕਿ ਹੁਣ ਸਾਡੇ ਹੱਥ ਕੁਛ ਨਹੀਂ ਹੁਣ ਸਾਡੀਆਂ ਤਾਕਤਾਂ ਲਿਮਟਿਡ ਨੇ ਤੇ ਹੁਣ ਕੋਈ ਐਲਾਨ ਕੋਈ ਅਨਾਊਂਸਮੈਂਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਰਾਜ ਚੋਣ ਕਮਿਸ਼ਨ ਦਾ ਹੋ ਗਿਆ ਸੋ ਇਹ ਵੀ ਇੱਕ ਜਿਹੜਾ ਹੁਣ ਜਿਹੜਾ ਇੱਕ ਪਹਿਲੂ ਆ ਉਹ ਵਿਚਾਰਿਆ ਜਾ ਰਿਹਾ ਕੀ ਵਾਕਈ ਮਿਊਟਿਕਾ ਗੰਭੀਰ ਹੋ ਰਹੀਆਂ ਨੇ ਜਾਂ ਫਿਰ ਸਰਕਾਰ ਸਿਰਫ ਸਮਟ ਪਾ ਰਹੀ ਹੈ ਮੌਂਟਰੀਅਲ ਤੋਂ ਇੱਕ ਚੁਈਹਾ ਮਾਮਲਾ ਸਾਹਮਣੇ ਆਇਆ ਜਿੱਥੇ ਸ਼ੁਰੂਆਜ਼ੀ ਦੀ ਘਟਨਾ ਵਾਪਰੀ ਹੈ ਇਸ ਦੌਰਾਨ ਦੋ ਔਰਤਾਂ ਦੀ ਜਾਨ ਚੜ ਗਈ ਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਬਾਰੇ ਹੁਣ ਤੱਕ ਕੀ ਕੁਝ ਪਤਾ ਲੱਗ ਸਕਿਆ ਬਿਲਕੁਲ ਜੀ ਮੌਂਟਰੀਅਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਔਰਤਾਂ ਦਾ ਕਤਲ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਚਾਕੂ ਮਾਰ ਕੇ ਜਿਹੜਾ ਕਤਲ ਕੀਤਾ ਗਿਆ ਜਦਕਿ ਇੱਕ ਹੋਰ ਔਰਤ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਜੋ ਕਿ ਇਸ ਵਕਤ ਹਸਪਤਾਲ ਵਿੱਚ ਜਿਸ ਦੀ ਹਾਲਤ ਕ੍ਰਿਟੀਕਲ ਦੱਸੀ ਜਾ ਰਹੀ ਆ ਸੋ ਪੁਲਿਸ ਦੇ ਦੱਸਣ ਅਨੁਸਾਰ ਮੌਨਟਰੀਅਲ ਦੇ ਨੇੜੇ ਇੱਕ ਅਪਾਰਟਮੈਂਟ ਦੀ ਬਿਲਡਿੰਗ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ ਇੱਕ ਵਿਅਕਤੀ ਨੇ ਚਾਕੂ ਨਾਲ ਇਹਨਾਂ ਔਰਤਾਂ ਉੱਤੇ ਹਮਲਾ ਕਰ ਦਿੱਤਾ ਤੇ ਜਿਸ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਤੇ ਤੀਜੀ ਔਰਤ ਜਿਹੜੀ ਆ ਉਹਦੀ ਉਮਰ 70 ਸਾਲ ਦੀ ਦੱਸੀ ਜਾ ਰਹੀ ਆ ਜੋ ਇਸ ਦੇ ਵਿੱਚ ਜ਼ਖਮੀ ਹੋਈ ਆ ਜਿਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਜਿਸ ਨੂੰ ਕ੍ਰਿਟੀਕਲ ਹਾਲਤ ਵਿੱਚ ਦੱਸਿਆ ਜਾ ਰਿਹਾ ਆ ਤਰੀਡੀਗਾਂ ਔਰਤਾਂ ਦੀ ਮੌਤ ਹੋਈ ਆ ਉਹਨਾਂ ਦੀ ਉਮਰ ਜਾਂ ਕੋਈ ਆਈਡੈਂਟੀਟੀ ਜਿਹੜੀ ਜਾਰੀ ਨਹੀਂ ਕੀਤੀ ਗਈ ਆ ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਾ ਤੇ ਪੁਲਿਸ ਦਾ ਕਹਿਣਾ ਕਿ ਉਸਤੇ ਵੀ ਕੁਝ ਸੱਟਾਂ ਲੱਗੀਆਂ ਹੋਈਆਂ ਸਨ ਜਿਸ ਕਰਕੇ ਪਹਿਲਾਂ ਉਸ ਨੂੰ ਵੀ ਹਸਪਤਾਲ ਭੇਜਿਆ ਗਿਆ ਫਿਲਹਾਲ ਇਲਾਜ ਲਈ ਤੇ ਉਸ ਤੋਂ ਬਾਅਦ ਫਿਰ ਉਸ ਨੂੰ ਹਿਰਾਸਤ ਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਹੋਵੇਗੀ ਇਸ ਘਟਨਾ ਦੇ ਉੱਤੇ ਉੱਥੋਂ ਦੇ ਜਿਹੜੇ ਚੁੜੇ ਹੋਏ ਨੁਮਾਇंदे ਨੇ ਤੇ ਹੋਰ ਜਿਹੜੇ ਲੋਕ ਨੇ ਉਹਨਾਂ ਨੇ ਸ਼ੋਕ ਜ਼ਾਹਰ ਕੀਤਾ ਸੀ ਖੇਲ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਇੱਕ ਅਪਡੇਟ ਜਾਰੀ ਕੀਤੀ ਗਈ ਜਿੱਥੇ ਦੱਸਿਆ ਗਿਆ ਕਿ ਇਸ ਕਾਰਨ ਕੌਣ ਪ੍ਰਭਾਵਿਤ ਹੋਇਆ ਇਸ ਗੋਲੀਬਾਰੀ ਦੀ ਘਟਨਾ ਦੇ ਬਾਰੇ ਹੁਣ ਤੱਕ ਕੀ ਕੁਝ ਪਤਾ ਲੱਗ ਸਕਿਆ ਜੀ ਬਿਲਕੁਲ ਇੱਕ ਖਬਰ ਕੈਲਗਰੀ ਤੋਂ ਸਾਹਮਣੇ ਆਈ ਆ ਜਿੱਥੇ ਅੱਜ ਗੋਲੀ ਚੱਲਣ ਦੀ ਘਟਨਾ ਜਿਹੜੀ ਵਾਪਰੀ ਆ ਜਿਸ ਦੇ ਵਿੱਚ ਇੱਕ 40 ਸਾਲ ਦੇ ਵਿਅਕਤੀ ਦੇ ਗੋਣੀ ਲੱਗਣ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਆ ਇਸ ਸਬੰਧੀ ਜਿਹੜੀ ਕੁਝ ਜਾਣਕਾਰੀ ਪੁਲਿਸ ਨੇ ਵੀ ਸਾਂਝੀ ਕੀਤੀ ਆ ਕੁਝ ਇਸ ਸਬੰਧੀ ਜਿਹੜੇ ਚਸ਼ਮਦੀਦ ਨੇ ਉਹ ਵੀ ਸਾਹਮਣੇ ਆਏ ਨੇ ਜਿਸ ਵਿੱਚ ਚਸ਼ਮਦੀਦਾਂ ਨੇ ਇਹ ਦੱਸਿਆ ਕਿ ਜਿਹੜੀ ਸੇਜ਼ ਹਿੱਲ ਕਮਿਊਨਿਟੀ ਆ ਕੈਲਗਰੀ ਦੀ ਉੱਥੇ ਇਹ ਹੈ ਸਵੇਰੇ 8:30 ਵਜੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਆ ਜਿੱਥੇ ਇੱਕ ਟੋਇੰਗ ਟਰੱਕ ਦੇ ਉੱਤੇ ਗੋਲੀਆਂ ਚੱਲੀਆਂ ਨੇ ਇਹ ਵਿਅਕਤੀ ਟੋਇੰਗ ਟਰੱਕ ਚਲਾ ਰਿਹਾ ਸੀਗਾ ਤੇ ਕਿਸੇ ਚਸ਼ਮਦੀਦ ਨੇ ਦੇਖਿਆ ਕਿ ਅਚਾਨਕ ਹੀ ਉਹ ਟੋਇੰਗ ਟਰੱਕ ਜਿਹੜਾ ਆਪਣਾ ਸੰਤੁਲਨ ਗਵਾ ਬੈਠਾ ਕਿਉਂਕਿ ਉਹਦੇ ਡਰਾਈਵਰ ਤੇ ਗੋਲੀਆਂ ਮਾਰੀ ਗਈਆਂ ਸ਼ਾਇਦ ਉਹ ਡਰਾਈਵ ਹੀ ਕਰ ਰਿਆ ਸੀ ਇਸ ਦੀ ਬਹੁਤੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇੱਕ ਤਸਵੀਰ ਜ਼ਰੂਰ ਆਈ ਹੈ ਕਿ ਟੋਇੰਗ ਟਰੱਕ ਤੇ ਜਿਹੜੀਆਂ ਉਹ ਗੋਲੀਆਂ ਦੇ ਨਿਸ਼ਾਨ ਮਿਲੇ ਨੇ ਚਸ਼ਮਦੀਦਾ ਦਾ ਕਹਿਣਾ ਕਿ ਉਹਨਾਂ ਨੇ 6 ਤੋਂ 7 ਗੋਲੀਆਂ ਜਿਹੜੀਆਂ ਉਹ ਜਿਹੜੀਆਂ ਸੁਣੀਆਂ ਆਵਾਜ਼ ਸੁਣੀ ਆ ਪਰ ਟੋਇੰਗ ਟਰੱਕ ਦੇ ਉੱਤੇ ਘੱਟੋ-ਘੱਟ 14 ਗੋਲੀਆਂ ਦੇ ਜਿਹੜੇ ਨਿਸ਼ਾਨ ਨੇ ਉਹ ਮਿਲੇ ਨੇ ਜਿਸ ਤੋਂ ਤੁਰੰਤ ਬਾਅਦ ਪੁਲਿਸ ਉੱਥੇ ਪਹੁੰਚੀ ਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਹਾਲਤ ਹੱਲੇ ਸਥਿਰ ਦੱਸੀ ਜਾ ਰਹੀ ਹੈ ਉੱਥੇ ਹੀ ਕੁਝ ਸਮੇਂ ਬਾਅਦ ਥੋੜੀ ਦੂਰੀ ਬਾਅਦ ਇੱਕ ਪਿਕਅਪ ਟਰੱਕ ਜਿਹੜਾ ਸੀ ਉਹ ਸੜਿਆ ਹੋਇਆ ਮਿਲਿਆ ਜਿਸ ਤੇ BC ਦੀ ਨੰਬਰ ਪਲੇਟ ਜਿਹੜੀ ਉਹ ਲੱਗੀ ਹੋਈ ਸੀ ਸੋ ਦੋਨਾਂ ਦਾ ਸ਼ਾਇਦ ਆਪਸੀ ਕਨੈਕਸ਼ਨ ਹੋ ਸਕਦਾ ਪੁਲਿਸ ਨੂੰ ਇਹ ਸ਼ੱਕ ਆ ਹੱਲੇ ਇਹਦੀ ਵੀ ਪੁਸ਼ਟੀ ਨਹੀਂ ਕੀਤੀ ਗਈ ਆ ਪਰੇ ਉਸੇ ਸਟਾਈਲ ਦੀ ਲਗਭਗ ਇੱਕ ਘਟਨਾ ਹੈ ਜਿੱਥੇ ਕੀ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਬਾਅਦ ਚ ਜਿਹੜੀ ਗੱਡੀ ਵਰਤੀ ਜਾਂਦੀ ਇਸ ਘਟਨਾ ਵਿੱਚ ਉਹਨੂੰ ਅੱਗ ਲਾ ਦਿੱਤੀ ਜਾਂਦੀ ਆ ਮੈਟਰੋ ਵੈਨਕੂਵਰ ਚ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਪਰ ਦਿਲਚਸਪਤ ਅੱਥ ਇਹ ਆ ਕਿ ਇਹ ਜਿਹੜੀ ਨੰਬਰ ਪਲੇਟ ਇਸ ਟਰੱਕ ਦੇ ਲੱਗੀ ਹੋਈ ਆ ਉਹ BC ਦੀ ਆ ਤੇ ਘਟਨਾ ਇਹ ਕੈਲਗਰੀ ਅਲਬਰਟਾ ਚ ਵਰਤੀ ਆ ਸੋ ਇਹਦੇ ਨਾਲ BC ਕਨੈਕਸ਼ਨ ਵੀ ਇੱਕ ਜੁੜ ਗਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਉਹ ਕੀਤੀ ਜਾਰੀ ਆ ਕਿ ਆਖਰਕਾਰ ਇਹ ਘਟਨਾ ਇੱਥੇ ਕਿਵੇਂ ਤੇ ਕਿਉਂ ਵਾਪਰੀ ਤੇ ਇਸ ਦੇ ਪਿੱਛੇ ਕੌਣ ਆ ਜੀਟੀਏ ਦੇ ਵਿੱਚ ਇਸ ਸਮੇਂ ਜੋ ਮੌਸਮ ਦੇ ਹਾਲਾਤ ਬਣੇ ਹੋਏ ਨੇ ਸਟ੍ਰੌਮ ਦੇ ਕਾਰਨ ਇੱਥੇ ਕਾਫੀ ਚੀਜ਼ਾਂ ਪ੍ਰਭਾਵਿਤ ਹੋਈਆਂ ਪੁਲਿਸ ਅਧਿਕਾਰੀ ਵੀ ਲਗਾਤਾਰ ਇਸ ਬਾਰੇ ਅਪਡੇਟ ਜਾਰੀ ਕਰ ਰਹੇ ਨੇ ਕਈ ਹਾਦਸਿਆਂ ਦੇ ਬਾਰੇ ਵੀ ਦੱਸਿਆ ਜਾ ਰਿਹਾ ਹੁਣ ਤੱਕ ਇਸ ਬਾਰੇ ਕੀ ਕੁਝ ਪਤਾ ਲੱਗ ਸਕਿਆ ਕਿੰਨੇ ਹਾਦਸੇ ਜਿਹੜੇ ਨੇ ਉਹ ਇੱਥੇ ਖਰਾਬ ਮੌਸਮ ਦੇ ਚਲਦਿਆਂ ਵਾਪਰੇ ਹਨ ਬਿਲਕੁਲ ਜੀ ਅਨਟਾਰੀਓ ਦੇ ਵਿੱਚ ਅੱਜ ਬਰਫਬਾਰੀ ਹੋਈ ਆ ਜਿਸ ਕਾਰਨ ਉੱਥੇ ਹਾਲਾਤ ਜਿਹੜੇ ਸੀ ਉਹ ਕਾਫੀ ਵਿੜ ਗਏ ਸਭ ਤੋਂ ਪਹਿਲਾਂ ਆਪਾਂ ਸੜਕਾਂ ਦੀ ਗੱਲ ਕਰਦੇ ਹਾਂ ਤਾਂ ਫਿਰ 에어ਪੋਰਟ ਤੇ ਆਵਾਂਗੇ ਸੜਕਾਂ ਦੇ ਉੱਤੇ ਕਿਉਂਕਿ ਅੱਜ ਉੱਥੇ 5 ਤੋਂ ਲੈ ਕੇ 10 ਸੈਂਟੀਮੀਟਰ ਦੀ ਬਰਫਬਾਰੀ ਹੋਈ ਆ ਜਿਸ ਤੋਂ ਬਾਅਦ ਕਈ ਜਿਹੜੇ ਛੋਟੇ-ਛੋਟੇ ਹਾਦਸੇ ਵਾਪਰੇ ਨੇ ਤੇ ਜੇਕਰ ਅਸੀਂ ਦੁਪਹਿਰ ਤੱਕ ਦੀ ਗੱਲ ਕਰੀਏ ਜੋ ਪੁਲਿਸ ਦੀ ਜਾਣਕਾਰੀ ਆ ਤਾਂ ਦੁਪਹਿਰ ਤੱਕ ਹੀ ਜਿਹੜੇ ਆ 60 ਛੋਟੇ-ਛੋਟੇ ਸੜਕ ਹਾਦਸੇ ਐਕਸੀਡੈਂਟ ਜਿਹੜੇ ਉਹ ਦਰਜ ਕੀਤੇ ਗਏ ਨੇ ਹਾਲਾਂਕਿ ਇਸ ਦੇ ਵਿੱਚ ਕਿਸੇ ਦਾ ਜ਼ਖਮੀ ਹੋਣ ਦੀ ਖਬਰ ਜਿਹੜੀ ਉਹ ਸਾਹਮਣੇ ਨਹੀਂ ਆਈ ਆ ਪਰ ਕਿਉਂਕਿ ਹਾਲਾਤ ਸਾਜ਼ਗਰ ਨਾ ਹੋਣ ਕਰਕੇ ਡਰਾਈਵਿੰਗ ਕਰਕੇ ਤੇ ਇਹ ਜਿਹੜੀਆਂ ਕਾਰਾਂ ਨੇ ਆਪਸ ਵਿੱਚ ਟਕਰਾਈਆਂ ਨੇ ਤੇ ਜੀਟੀਆ ਦੇ ਖੇਤਰ ਵਿੱਚ 60 ਤੋਂ ਵੱਧ ਸੜਕ ਹਾਦਸੇ ਦੁਪਹਿਰ ਤੱਕ ਹੀ ਹੋ ਗਏ ਸੀ ਤੇ ਉਸ ਤੋਂ ਬਾਅਦ ਵੀ ਹੋਏ ਹੋਣਗੇ ਸੋ ਜਿਹਨੂੰ ਲੈ ਕੇ ਪੁਲਿਸ ਨੂੰ ਕਾफी ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਪੁਲਿਸ ਅਫਸਰਾਂ ਦਾ ਕਹਿਣਾ ਕਿ ਕੁਝ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਬ੍ਰੇਕ ਤਾਂ ਲਾਈ ਸੀ ਪਰ ਇਹ ਲੱਗਦਾ ਸੀ ਕਿ ਸ਼ਾਇਦ ਬ੍ਰੇਕ ਲੱਗੇ ਹੀ ਨਹੀਂ ਰਹੀ ਕਿਉਂਕਿ ਕੰਡੀਸ਼ਨਸ ਜਿਹੜੀਆਂ ਸਲਿੱਪਰੀ ਹੋਣ ਕਰਕੇ ਗੱਡੀਆਂ ਰੋਕੀ ਨਹੀਂ ਜਾ ਰਹੀਆਂ ਸਨ ਤੇ ਇੱਕ ਦੂਜੇ 'ਚ ਵੱਜਦੀਆਂ ਫਿਰਦੀਆਂ ਸੀ ਸੋ ਇਹਨੂੰ ਲੈ ਕੇ ਜਿਹੜੀ ਆ ਉਹ ਅੱਜ ਜਾਣਕਾਰੀ ਜਾਰੀ ਕੀਤੀ ਗਈ ਤੇ ਦੂਜੇ ਪਾਸੇ ਜੇਕਰ ਅਸੀਂ ਪੀਅਰਸਨ 에어ਪੋਰਟ ਦੀ ਗੱਲ ਕਰੀਏ ਤਾਂ ਉੱਥੇ ਵੀ ਬਰਫ਼ਬਾਰੀ ਦਾ ਅਸਰ ਦੇਖਣ ਨੂੰ ਮਿਲਿਆ ਹਾਲਾਂਕਿ ਰਿਪੋਰਟਰ ਅਥਾਰਟੀ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਤਸਵੀਰਦਾਰੀ ਕਰਕੇ ਦੱਸਿਆ ਗਿਆ ਕਿ ਤੇਜ਼ੀ ਨਾਲ ਬਰਫ਼ ਹਟਾਈ ਜਾ ਰਹੀ ਆ ਪਰ ਫਿਰ ਵੀ ਜਿਹੜੀਆਂ ਇਸ 에어ਪੋਰਟ ਦੇ ਉੱਤੇ ਸ਼ਾਮ 5 ਵਜੇ ਤੱਕ ਦੀਆਂ ਫਲਾਈਟਾਂ ਸੀ ਜੋ ਕਿ ਡਿਪਾਰਚਰ ਵਾਲੀਆਂ ਸੀ ਉਹਨਾਂ ਵਿੱਚੋਂ 5.56% ਦੀਆਂ ਫਲਾਈਟਾਂ ਸੀ ਉਹ ਕੈਨਸਲ ਹੋ ਗਈਆਂ ਤੋ ਜਿਹੜੀਆਂ ਇੱਥੇ ਆਉਣ ਵਾਲੀਆਂ ਫਲੈਟਾਂ ਸੀ ਉਹਨਾਂ ਵਿੱਚ ਵੀ ਲਗਭਗ 7 ਫੀਸਦੀ ਦੇ ਕਰੀਬ ਜਿਹੜੀਆਂ ਫਲੈਟਾਂ ਸੀ ਉਹ ਕੈਨਸਲ ਹੋ ਗਈਆਂ ਸੋ ਇਹਨੂੰ ਲੈ ਕੇ ਹਾਲਾਂਕਿ ਤੇਜ਼ੀ ਨਾਲ ਉੱਥੇ ਬਰਫ਼ हटਾਈ ਗਈ ਪਰ ਫੇਰ ਵੀ ਕੁਝ ਫਲੈਟਾਂ ਜਿਹੜੀਆਂ ਉਹ ਜ਼ਰੂਰ ਕੈਨਸਲ ਵੀ ਹੋਈਆਂ ਤੇ ਡਿਲੇ ਵੀ ਹੋਈਆਂ ਸੋ ਅੱਜ ਇੱਕ ਵਾਰੀ ਫੇਰ ਜੀਟੀਏ ਵਿੱਚ ਬਰਫ਼ ਵਾਲੀ ਦਾ ਰੰਗ ਦੇਖਣ ਨੂੰ ਮਿਲਿਆ ਇਹ ਨਾਲ ਹੀ ਇਹ ਪੀਜੀ ਬਾਰਡਰ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਹੈ ਅਮਰੀਕਾ ਦੇ ਵਿੱਚ ਸਖਤੀ ਵੀ ਕੀਤੀ ਗਈ ਹੈ ਸੋ ਹੁਣ ਦੱਸਿਓ ਤਾਜ਼ਾ ਅਪਡੇਟ ਕੀ ਹੈ ਇਸ ਸਮੇਂ ਜੋ ਅਮਰੀਕਾ ਮੈਕਸੀਕੋ ਬਾਰਡਰ ਹੈ ਚੋਣਾ ਵੀ ਆ ਰਹੀਆਂ ਨੇ ਉਹਦੇ ਵਿੱਚ ਵੀ ਇਹ ਮੁੱਦਾ ਭਾਰੀ ਰਹੇਗਾ ਸੋ ਹੁਣ ਤਾਜ਼ਾ ਹਾਲਾਤ ਕੀ ਨੇ ਕਿੰਨੇ ਕੁ ਲੋਕ ਇਸ ਵਕਤ ਬਾਰਡਰ ਕਰਾਸ ਕਰ ਰਹੇ ਨੇ ਜਾਂ ਹੋਰ ਕਿਹੜੀ ਜਾਣਕਾਰੀ ਹੈ ਜੀ ਅਮਰੀਕਾ ਮੈਕਸੀਕੋ ਬਾਰਡਰ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਹੈ ਕਿ ਹੁਣ ਬਾਰਡਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਾਰ ਕਰਨ ਵਾਲਿਆਂ ਦਾ ਅੰਕੜਾ ਪਹਿਲਾਂ ਦੇ ਮੁਕਾਬਲੇ ਕਾਫੀ ਘਟ ਦਰਜ ਕੀਤਾ ਗਿਆ ਹੈ ਪਹਿਲਾ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸਾਨੂੰ ਉਹਨਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹੁਣ ਇਸ ਅੰਦਰ ਡ੍ਰੌਪ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਅੰਕੜੇ ਜਾਰੀ ਕੀਤੇ ਗਏ ਨੇ ਇੱਕ ਮਹੀਨੇ ਦੇ ਵਿੱਚ ਕਿੰਨੀ ਗਿਰਾਵਟ ਹੋਈ ਹੈ ਉਸ ਬਾਰੇ ਵੀ ਲਗਾਤਾਰ ਦੱਸਿਆ ਜਾ ਰਿਹਾ ਹੈ ਇਸ ਦੇ ਪਿੱਛੇ ਕਈ ਵੱਡੇ ਕਾਰਨ ਮੰਨੇ ਜਾ ਰਹੇ ਨੇ ਇੱਕ ਤਾਂ ਕਾਰਨ ਹੈ ਕਿ ਹੁਣ ਪਹਿਲਾਂ ਦੇ ਮੁਕਾਬਲੇ ਬਾਰਡਰ ਦੇ ਉੱਪਰ ਸਖਤੀ ਕੀਤੀ ਗਈ ਹੈ ਦੂਜਾ ਇੱਕ ਵੱਡਾ ਕਾਰਨ ਇਹ ਵੀ ਹੈ ਜੋ ਟੈਕਸਸ ਵੱਲੋਂ ਆਪਣੇ ਤੌਰ ਦੇ ਉੱਪਰ ਸਖਤੀ ਕੀਤੀ ਗਈ ਹੈ ਕਿਉਂਕਿ ਟੈਕਸਸ ਦੇ ਗਵਰਨਰ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹ ਆਪਣੇ ਤੌਰ ਦੇ ਉੱਪਰ ਸਖਤੀ ਕਰਨਗੇ ਉਹਨਾਂ ਨੇ ਆਪਣੇ ਨੈਸ਼ਨਲ ਗਾਰਡ ਬਾਰਡਰ ਦੇ ਉੱਪਰ ਲਗਾ ਦਿੱਤੇ ਹਾਲਾਂਕਿ ਬਾਈਡਨ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਦੇ ਉੱਪਰ ਇੰਟਰਫੇਰੈਂਸ ਦੀ ਜਿਹੜੀ ਮੰਗ ਸੀ ਉਹ ਵੀ ਕੀਤੀ ਜਾ ਰਹੀ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਇਮੀਗ੍ਰੇਸ਼ਨ ਦਾ ਕਾਨੂੰਨ ਹੈ ਉਹ ਫੈਡਰਲ ਸਰਕਾਰ ਦੇ ਅਧੀਨ ਆਉਂਦਾ ਹੈ ਪਰ ਜਿਹੜੇ ਟੈਕਸਸ ਦੇ ਗਵਰਨਰ ਨੇ ਉਹਨਾਂ ਨੇ ਲਗਾਤਾਰ ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਕਿ ਤੁਸੀਂ ਤਾਂ ਇਹੀ ਚਾਹੁੰਦੇ ਸੀ ਕਿ ਬਾਰਡਰ ਜਿਹੜਾ ਹੈ ਉਹ ਬੰਦ ਹੋਣਾ ਚਾਹੀਦਾ ਹੈ ਤੇ ਅਸੀਂ ਆਪਣੇ ਤੌਰ ਦੇ ਉੱਪਰ ਕਰ ਦਿੱਤਾ ਹੈ ਬੰਦ ਉਨਾ ਵੱਲੋਂ ਸ਼ਕਤੀ ਜੁੜੀ ਸੀ ਉਹ ਬਰਕਰਾਰ ਰੱਖੀ ਗਈ ਪਹਿਲਾਂ ਜੋ ਟੈਕਸਸ ਵਾਲੇ ਪਾਸੇ ਤੋਂ ਬਾਰਡਰ ਪਾਰ ਕਰਕੇ ਆਉਂਦੇ ਸਨ ਉਹ ਜਿਹੜੇ ਲੋਕ ਇੱਥੇ ਬਾਰਡਰ ਪਾਰ ਕਰਕੇ ਆਉਣ ਤੋਂ हट ਗਏ ਕਿਉਂਕਿ ਜੇਕਰ ਕੋਈ ਬਾਰਡਰ ਪਾਰ ਕਰਦਾ ਫੜਿਆ ਜਾਂਦਾ ਤਾਂ ਉਸ ਨੂੰ ਕ੍ਰਿਮੀਨਲ ਚਾਰजेस ਦਾ ਜਿਹੜਾ ਸਾਹਮਣਾ ਉਹ ਵੀ ਕਰਨਾ ਪੈ ਸਕਦਾ ਇਸ ਬਾਰੇ ਗਵਰਨਰ ਵੱਲੋਂ ਵੀ ਅਪਡੇਟ ਜਾਰੀ ਕੀਤੀ ਗਈ ਸੀ ਉਸ ਤੋਂ ਬਾਅਦ ਹੋਰ ਵੀ ਅਲੱਗ-ਅਲੱਗ ਜਿਹੜੇ ਬਾਰਡਰ ਦੇ ਹਿੱਸੇ ਨੇ ਉਹਨਾਂ ਦੇ ਉੱਪਰ ਸਖਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਇਹ ਵੱਡੀ ਗਿਰਾਵਟ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ ਏ ਵੀ ਚਰਚਾ ਹੋ ਰਹੀ ਹੈ ਕਿ ਜਿਵੇਂ ਹੁਣ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਜਲਦ ਹੋਣ ਜਾ ਰਹੀਆਂ ਨੇ ਅਜਿਹੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਲਗਾਤਾਰ ਬਾਰਡਰ ਦਾ ਮੁੱਦਾ ਚੁੱਕਿਆ ਜਾ ਰਿਹਾ ਕਿਉਂਕਿ ਅਸੀਂ ਦੇਖਿਆ ਹੈ ਕਿ ਬੜੀ ਤਿੱਖੀ ਬਿਆਨਬਾਜ਼ੀ ਇਸ ਬਾਰਡਰ ਨੂੰ ਲੈ ਕੇ ਦੇਖਣ ਨੂੰ ਮਿਲ ਰਹੀ ਹੈ ਜਿਹੜੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਉਹ ਤਾਂ ਇਸ ਮੁੱਦੇ ਦੇ ਉੱਪਰ ਕਾਫੀ ਸਖਤ ਦਿਖਾਈ ਦਿੱਤੇ ਉਹਨਾਂ ਵੱਲੋਂ ਕਈ ਵਾਰ ਵੱਡੇ ਬਿਆਨ ਵੀ ਦਿੱਤੇ ਗਏ ਜਿਵੇਂ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਨੇ ਤਾਂ ਫਿਰ ਉਹਨਾਂ ਵੱਲੋਂ ਡੈਪੂਟੇਸ਼ਨ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਏਗੀ ਫਿਲਹਾਲ ਇਸ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਪਤਾ ਲੱਗਦਾ ਰਹੇਗਾ ਪਰ ਮੌਜੂਦਾ ਅੰਕੜੇ ਇਸ ਵਿੱਚ ਗਿਰਾਵਟ ਦਰਸਾ ਰਹੇ ਹਨ ਇੱਕ ਭਾਰਤੀ ਵਿਅਕਤੀ ਨੂੰ ਸਜ਼ਾ ਕੈਦ ਸੁਣਾਏ ਜਾਣ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਆ ਸੋ ਦੱਸਿਓ ਕੀ ਇਹ ਮਾਮਲਾ ਤੇ ਕਿਸ ਮਾਮਲੇ ਵਿੱਚ ਜਿਹੜੀ ਇਹ ਸਜ਼ਾ ਸੁਣਾਈ ਗਈ ਆ ਜੀ ਬਿਲਕੁਲ ਅਮਰੀਕਾ ਦੇ ਵਿੱਚ ਬਜ਼ੁਰਗਾਂ ਨੂੰ ਧੋਖੇ ਦਾ ਸ਼ਿਕਾਰ ਬਣਾਇਆ ਜਾਂਦਾ ਇਸ ਬਾਰੇ ਸਮੇਂ-ਸਮੇਂ ਤੇ ਉੱਪਰ ਖਬਰਾਂ ਸਾਹਮਣੇ ਆਈਆਂ ਨੇ ਇੱਕ ਹੋਰ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਪਾਰਟੀ ਮੂਲ ਦੇ ਵਿਅਕਤੀ ਨੂੰ ਅਮਰੀਕਾ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ ਧੋਖਾ ਕਰਨ ਦੇ ਚਲਦਿਆਂ 4 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ ਇਸ ਵਿਅਕਤੀ ਦਾ ਨਾਮ ਸੁਖਦੇਵ ਵੈਦਿਆ ਦੱਸਿਆ ਜਾ ਰਿਹਾ ਜੋ ਕਿ ਭਾਰਤ ਵਿੱਚ ਹਰਿਆਣਾ ਦੇ ਨਾਲ ਸੰਬੰਧਿਤ ਹੈ ਅਧਿਕਾਰੀਆਂ ਵੱਲੋਂ ਹੁਣ ਤੱਕ ਜੋ ਇਸ ਬਾਰੇ ਅਪਡੇਟ ਦਿੱਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਸੁਖਦੇਵ ਵੈਦਿਆ ਵੱਲੋਂ ਬਜ਼ੁਰਗ ਨਾਲ 1,50,000 ਡਾਲਰ ਦੀ ਜਿਹੜੀ ਠੱਗੀ ਸੀ ਉਹ ਮਾਰੀ ਗਈ ਜਿਸ ਤੋਂ ਬਾਅਦ ਹੁਣ ਉਸ ਨੂੰ ਸਖਤ ਸਜ਼ਾ ਸੁਣਾਈ ਗਈ ਹੈ ਜਾਣਕਾਰੀ ਮੁਤਾਬਕ ਸੁਖਦੇਵ ਵੈਦਿਆ ਨੇ ਅੰਤਰਰਾਸ਼ਟਰੀ ਕੰਪਿਊਟਰ ਹੈਕਿੰਗ ਰਾਹੀਂ ਔਰਤ ਨੂੰ ਆਪਣੇ ਧੋਖੇ ਦਾ ਸ਼ਿਕਾਰ ਬਣਾਇਆ ਤੇ ਉਸ ਵੱਲੋਂ ਜਿਹੜੀ ਹੈ ਉਹ 1.2 ਮਿਲੀਅਨ ਡਾਲਰ ਦੀ ਧੋਖਾਧੜੀ ਜਿਹੜੀ ਹੈ ਉਹ ਕੀਤੀ ਗਈ ਹੈ। ਅਦਾਲਤ ਵੱਲੋਂ ਇਸ ਸੰਬੰਧੀ ਫੈਸਲਾ ਸੁਣਾਇਆ ਗਿਆ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹ ਦੋਸ਼ੀ ਜਿਹੜਾ ਹੈ ਉਹ ਜੇਲ ਕੱਟ ਕੇ ਜਿਸ ਨੂੰ 4 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ ਉਹ ਕੱਟ ਕੇ ਬਾਹਰ ਆਉਂਦਾ ਹੈ ਤਾਂ ਫਿਰ ਉਸ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਅਦਾਲਤ ਵੱਲੋਂ ਦੋਸ਼ੀ ਨੂੰ ਜਿਹੜਾ ਹੈ ਉਹ ਮੁਆਵਜ਼ਾ ਦੇਣ ਦੇ ਵੀ ਹੁਕਮ ਜਾਰੀ ਕੀਤੇ ਗਏ ਨੇ। ਇਸ ਤੋਂ ਇਲਾਵਾ ਇੱਕ ਵਾਰ ਫਿਰ ਤੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਹੁਣ ਤੱਕ ਅਮਰੀਕਾ ਦੇ ਵਿੱਚ ਬਹੁਤ ਸਾਰੇ ਬਜ਼ੁਰਗਾਂ ਨੂੰ ਧੋਖੇ ਦਾ ਸ਼ਿਕਾਰ ਜਿਹੜਾ ਹੈ ਉਹ ਬਣਾਇਆ ਜਾ ਚੁੱਕਿਆ ਹੈ ਲਗਾਤਾਰ ਇਸ ਸੰਬੰਧੀ ਸਾਵਧਾਨ ਰਹਿਣ ਦੀ ਵੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਪੀਆ ਐਪਸਪੋਰਟ ਤੋਂ ਇੱਕ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਦੱਸਿਆ ਗਿਆ ਕਿ ਦੋ ਟੀਨੇਜਰ ਜਿਹੜੇ ਨੇ ਇਸ ਦੌਰਾਨ ਪ੍ਰਭਾਵਿਤ ਹੋਏ ਨੇ ਕਹਾੜਸੇ ਦਾ ਜ਼ਿਕਰ ਜਿਹੜਾ ਕੀਤਾ ਗਿਆ ਕਿ ਇਹ ਪੂਰਾ ਮਾਮਲਾ ਇੱਥੇ ਕੀ ਘਟਨਾ ਵਾਪਰੀ ਹੈ ਜੀ ਬਿਲਕੁਲ ਐਪਸਪੋਰਟ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਟੀਨ ਏਜਰ ਉੱਤੇ ਜਾਣ ਬੁੱਝ ਕੇ ਜਿਹੜੀ ਸੀ ਉਹ ਗੁੱਸੇ ਵਿੱਚ ਗੱਡੀ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਹ ਜੋ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਜਿਹੜੇ ਦੋ ਟੀਨ ਏਜਰ ਨੇ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਜਿਹੜਾ ਵਿਅਕਤੀ ਕਾਰ ਚਲਾ ਰਿਹਾ ਸੀ ਉਸ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਤੇ ਅੱਗੇ ਜਿਹੜੀ ਕਾਰਵਾਈ ਹੈ ਚਾਰਜ ਲਾਉਣ ਦੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਬੱਚੇ ਨਾਲ ਜਿਹੜੀ ਇਸ ਵਿਅਕਤੀ ਦੀ ਕੋਈ ਬਹਿਸ ਹੋਈ ਸੀ ਜਿਸ ਤੋਂ ਬਾਅਦ ਇਹ ਜਿਹੜਾ ਹਾਦਸਾ ਵਾਪਰਿਆ ਕੁੱਲ ਮਿਲਾ ਕੇ ਇਸ ਘਟਨਾ ਵਿੱਚ ਤਿੰਨ ਬੱਚੇ ਸੀ ਜੋ ਕਾਰ ਦੇ ਅੱਗੇ-ਅੱਗੇ ਦੌੜ ਰਹੇ ਸਨ ਤੇ ਇਹਨਾਂ ਪਿੱਛੇ ਵਿਅਕਤੀ ਕਾਰ ਲੈ ਕੇ ਪਿਆ ਸੀ ਹਾਲਕੀ ਹਾਲੇ ਤੱਕ ਸੰਪੂਰਨ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਅਸਲ ਚ ਕਾਰਨ ਕੀ ਸੀ ਪਰ ਇਹ ਦੱਸਿਆ ਜਾ ਰਿਹਾ ਕਿ ਬੱਚੇ ਕੋਈ ਗੇਮ ਖੇਡ ਰਹੇ ਸਨ ਜਿਸ ਤੇ ਵਿੱਚ ਸ਼ਾਇਦ ਡੋਰ ਬਿੱਲ ਅਵਜਾ ਕੇ ਇਹ ਅੱਗੇ ਕਿਤੇ ਭੱਜ ਰਹੇ ਸਨ ਜਾਂ ਕੁਝ ਇਸ ਤਰੀਕੇ ਦੀ ਗੇਮ ਸੀ ਜਿਸ ਤੇ ਵਿੱਚ ਸ਼ਾਇਦ ਇਸ ਵਿਅਕਤੀ ਨੇ ਇਸ ਤਰੀਕੇ ਦਾ ਰਿਸਪਾਂਸ ਦਿੱਤਾ ਤੇ ਪੁਲਿਸ ਵੱਲੋਂ ਇਸ ਉੱਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਆ ਤੇ ਸਖਤ ਬਿਆਨ ਵੀ ਆਇਆ ਕਿ ਇਸ ਤਰੀਕੇ ਦਾ ਜਿਹੜਾ ਬਿਹੇਵੀਅਰ ਆ ਕਿ ਇੱਕ ਵਹੀਕਲ ਨੂੰ ਇੱਕ ਬੱਚਿਆਂ ਦੇ ਲਈ ਜਿਹੜੇ ਟੀਨ ਏਜਰ ਨੇ ਉਹਨਾਂ ਉੱਤੇ ਇਸ ਤਰੀਕੇ ਦਾ ਹਥਿਆਰ ਦੇ ਵਾਂਗੂ ਵਰਤਣਾ ਇਹਨੂੰ ਕਾਫੀ ਜਿਹੜਾ ਸੰਜੀਦਾ ਤਰੀਕੇ ਨਾਲ ਲਿਆ ਜਾ ਰਿਹਾ ਤੇ ਇਸ ਮਾਮਲੇ ਵਿੱਚ ਸਖਤ ਚਾਰਜ ਇਸ ਵਿਅਕਤੀ ਤੇ ਲੱਗ ਸਕਦੇ ਨੇ ਈਸ਼ਾਨ ਕੁਝ ਵੱਡੀਆਂ ਖਬਰਾਂ ਜਿਹੜੀਆਂ ਅੱਜ ਤੱਕ ਦਿਨ ਕੈਨੇਡਾ ਤੇ ਅਮਰੀਕਾ ਤੋਂ ਸਾਹਮਣੇ ਆਈਆਂ باقی ਅਪਡੇਟਸ ਵਾਸਤੇ ਤੁਸੀਂ V9 ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਲਹਾਲ ਸਾਨੂੰ ਦਿਓ ਇਜਾਜ਼ਤ